ਭਗਵੰਤ ਰਸੂਲਪੁਰੀ ਦੀ ਕਹਾਣੀ ਹੈ ਰਵੀ ਡਿਫੈਂਡਰ ਬਾਲ ਜਿਉਈ ਮਿਡਫੀਲਡ ਦੀ ਪੋਜੀਸ਼ਨ ਤੇ ਖੇਡਦੇ 5 ਨੰਬਰ ਜਰਸੀ ਵਾਲੇ ਖਿਡਾਰੀ ਨੇ ਸਟ੍ਰਾਈਕਰ ਆਰੀਅਨ ਨੂੰ ਪਾਸ ਕੀਤੀ ਸੀ ਤਾਂ ਆਰੀਅਨ ਨੇ ਇਹਨੂੰ ਸੁਨਹਿਰੀ ਮੌਕਾ ਸਮਝਿਆ ਸੀ ਸੱਜੇ ਪੈਰ ਨਾਲ ਬਾਲ ਰੋਕ ਗੋਲੀ ਵਾਂਗ ਵਿਰੋਧੀ ਟੀਮ ਦੇ ਗੋਲਾਂਵਾਲ ਨੂੰ ਬਾਲ ਲੈ ਕੇ ਦੌੜਿਆ ਸੀ ਵਿਰੋਧੀ ਟੀਮ ਦੇ ਦੋ ਖਿਡਾਰੀ ਉਹਦੇ ਆਸ-ਪਾਸ ਨੱਟ ਰਹੇ ਸਨ ਆਰੀਅਨ ਪਲਾਂਜੀਦੂਆਂ ਨੂੰ ਚਕਮਾ ਦੇ ਕੇ ਬਾਲ ਗੋਲਾਂ ਦੇ ਨੇੜੇ ਲੈ ਗਿਆ ਸੀ ਤੇ ਉਹਦੇ ਕੰਨਾਂ ਨੇ ਮਹਿਸੂਸ ਕੀਤਾ ਸੀ ਹੋਰ ਖਿਡਾਰੀ ਵੀ ਧਗੜ ਧਗੜ ਕਰਦੇ ਮਗਰ ਭੱਜੇ ਆ ਰਹੇ ਸਨ ਉਦੋਂ ਹੀ ਉਹਦਾ ਦਿਮਾਗ ਚੱਲਿਆ ਸੀ ਆਰੀਅਨ ਨੇ ਫੁੱਟਬਾਲ ਦੇ ਅੱਗੇ ਪੈਰ ਰੱਖ ਕੇ ਇੱਕਦਮ ਬਾਲ ਰੋਕ ਲਿਆ ਤੇ ਨਾਲ ਹੀ ਉਹਦੇ ਬੂਟ ਧਰਤੀ 'ਚ ਜੰਮ ਗਏ ਸਨ ਵਿਰੋਧੀ ਖਿਡਾਰੀ ਅੱਗੇ ਨਿਕਲ ਗਏ ਸਨ ਤੇ ਆਰੀਅਨ ਲਈ ਇਹ ਪਲ ਬਹੁਤ ਕੀਮਤੀ ਸਨ ਫੁਰਤੀ ਨਾਲ ਉਹਨੇ ਆਪਣਾ ਸਰੀਰ ਘੁਮਾਇਆ ਤੇ ਖੱਬੇ ਪੈਰ ਨਾਲ ਬਾਲ ਵਿਰੋਧੀ ਟੀਮ ਦੇ ਗੋਲਾਂ 'ਚ ਦਾਗ ਦਿੱਤੀ ਸੀ ਬਾਲ ਗੋਲੀ ਵਾਂਗ ਕੀ ਆ ਤੇ ਵਿਰੋਧੀ ਟੀਮ ਦੇ ਡਿਫੈਂਡਰ ਵੇਖਦੀ ਰਹਿ ਗਏ ਬਾਲ ਗੋਲ ਪੋਸਟ ਦੇ 2 ਇੰਚ ਦੇ ਫਾਸਲੇ ਤੇ ਗੋਲਾਂ ਦੇ ਨੈੱਟ ਨਾਲ ਜਾ ਟਕ ਰਹਾ ਸੀ ਇਹ ਪਲ ਬਹੁਤ ਤੇਜ਼ ਸਨ ਗੋਲ ਕੀਪਰ ਵੀ ਸੰਭਲ ਨਾ ਸਕੇ ਅਤੇ ਆਰਿਆ ਨੇ ਗੋਲ ਕਰਦਿਆਂ ਵੀ ਗਰਾਊਂਡ 'ਚ ਤਾੜੀਆਂ ਦਾ ਹੜਾ ਆ ਗਿਆ ਸੀਮੈਂਟ ਦੇ ਥੜੇ ਤੇ ਬੈਠਾ ਰਵੀ ਕੁਮਾਰ ਇੱਕਦਮ ਉੱਛਲਿਆ ਸੀ ਤਾੜੀਆਂ ਮਾਰਦੇ ਉਹਨੂੰ ਉੱਚੀ ਵਾਸਟ ਕਿਹਾ ਸੀ ਸ਼ਾਬਾਸ਼ ਆਰਿਆਨ ਬੇਟਾ ਆਲੇ ਦੁਆਲੇ ਬੈਠੇ ਹੋਰ ਲੋਕਾਂ ਨੇ ਉਹਦੇ ਵਲਕੂਰ ਕੇ ਵੇਖਿਆ ਸੀ ਰਵੀ ਨੇ ਬੇਪਰਵਾਹੀ ਨਾਲ ਪੁਰਾਣੇ ਨੀਲੇ ਰੰਗ ਦੇ ਬਲੇਜ਼ਰ ਨੂੰ ਸੂਤ ਕੀਤਾ ਮੋਹਰਲੀ ਜੇਬ ਤੇ ਲਿਖੇ ਅੱਖਰ ਇੰਡੀਆ ਨੂੰ ਪਲੋਸੀਆ ਤੇ ਮੁਰਥੜੇ ਤੇ ਬੈਠ ਗਿਆ ਸੀ ਤੇ ਉਦੋਂ ਵਿਰੋਧੀ ਟੀਮ ਦੇ ਤਿੰਨ ਖਿਡਾਰੀਆਂ ਨੂੰ ਤਾਂ ਆਰੀਆਂ ਨੇ ਚੱਕਰਾਂ 'ਚ ਪਾ ਦਿੱਤਾ ਸੀ ਜਦੋਂ ਨੇ ਇੱਕ ਖਿਡਾਰੀ ਦੀਆਂ ਲੱਤਾਂ ਵਿੱਚੋਂ ਗਾਰੋਂ ਬਾਲ ਕੱਢ ਲਈ ਸੀ ਤੇ ਉਦੋਂ ਵਿਰੋਧੀ ਮਿਡਫੀਲਡਰ ਖਿਡਾਰੀ ਆ ਚਪਟੇ ਸਨ ਪਰ ਆਰੀਆਂ ਦਾ ਦਿਮਾਗ ਉਹਨਾਂ ਨਾਲੋਂ ਤੇਜ਼ ਚੱਲਿਆ ਸੀ ਉਹ ਬਾਲ ਪਿੱਛੇ ਧਕੇਲ ਕੇ ਬਹੁਤ ਤੇਜ਼ੀ ਨਾਲ ਪਿੱਛੇ ਮੁੜ ਕੇ ਬਾਲ ਕੱਢ ਕੇ ਲੈ ਗਿਆ ਸੀ ਤੇ ਤੇਜ਼ੀ ਨਾਲ ਆਪਣੇ ਸੱਜੇ ਪਾਸੇ ਖੇਡਦੇ ਸਾਥੀ ਸਟ੍ਰਾਈਕਰ 7 ਨੰਬਰ ਨੂੰ ਬਾਲ ਪਾਸ ਕਰਤੀ ਸੀ ਪਰ ਉਸ ਕੋਲੋਂ ਬਾਲ ਦੀ ਠੀਕ ਪੋਜੀਸ਼ਨ ਬਣਾ ਕੇ ਗੋਲਾਂ ਵੱਲ ਨੱਠ ਨਹੀਂ ਸੀ ਹੋਇਆ ਪਲਾਂਚ ਹੀ ਬਾਲ ਵਿਰੋਧੀ ਮਿਡਫੀਲਡਰ ਦੇ ਖਿਡਾਰੀ ਨੇ ਖੋ ਲਿਆ ਸੀ ਜਦੋਂ ਵੀ ਬਾਲ ਆਰੀਆਂ ਕੋਲ ਆਉਂਦਾ ਸੀ ਉਹ ਵਿਰੋਧੀ ਤੇ ਦਬਾਅ ਬਣਾ ਕੇ ਖੇਡਦਾ ਸੀ ਬਾਲ ਨੂੰ ਅੱਗੇ ਪਿੱਛੇ ਮੋੜ ਕੇ ਵਿਰੋਧੀਆਂ ਨੂੰ ਚੱਕਰੀ ਕੁਮਾ ਕੇ ਰੱਖ ਦਿੰਦਾ ਸੀ ਮੈਚ ਖਤਮ ਹੁੰਦੇ ਹੀ ਆਰੀਆਂ ਨੂੰ ਜਫੀ ਚ ਲੈ ਕੇ ਰਵੀ ਬੋਲਿਆ ਸੀ ਲੇ ਵੀ ਪੁੱਤਰ ਅੰਤਰਰਾਸ਼ਟਰੀ ਗੋਲਡਨ ਏਸ਼ੀਆ ਕੱਪ ਦੀ ਚੋਣ 'ਚ ਤੇਰਾ ਨਾਮ ਪੱਕਾ ਹੋ ਗਿਆ ਹੈ ਆਰੀਅਨ ਨੇ ਆਪਣੇ ਪਿਤਾ ਦੇ ਪੈਰੀਂ ਹੱਥ ਲਗਾਇਆ ਸੀ ਪਾਪਾ ਮੇਰਾ ਫੁੱਟਬਾਲ ਖੇਡਣ ਦਾ ਇੱਕੋ ਮਕਸਦ ਹੈ ਕਿ ਫੁਰਤੀ ਨਾਲ ਚੰਗਾ ਖੇਡਣਾ ਹੈ ਆਪਣੀ ਪੋਜੀਸ਼ਨ ਤੇ ਚੰਗਾ ਖੇਡਣਾ ਹੈ ਮੇਰਾ ਟੀਚਾ ਇਹੀ ਹੈ ਮੈਂ ਦੂਜਿਆਂ ਨਾਲੋਂ ਚੰਗਾ ਤੇ ਆਪਣੀ ਪੋਜੀਸ਼ਨ 'ਚ ਵਧੀਆ ਖੇਡਾਂ ਸਿਟੀ ਦੀ ਗਰਾਊਂਡ 'ਚ ਫੁੱਟਬਾਲ ਖਿਡਾਰੀਆਂ ਦੀ ਚੋਣ ਲਈ ਟ్రਾਇਲ ਚੱਲ ਰਹੇ ਸਨ ਸਰਕਾਰ ਵੱਲੋਂ ਕੋਚ ਡਾਇਰੈਕਟਰ ਤੇ ਚੇਅਰਮੈਨ ਦੀ ਟੀਮ ਬੈਠੀ ਹੋਈ ਸੀ ਇਸ ਟ੍ਰਾਇਲ ਚ ਅੰਤਰਰਾਸ਼ਟਰੀ ਗੋਲਡਨ ਏਸ਼ੀਆ ਕੱਪ ਖੇਡਣ ਲਈ ਖਿਡਾਰੀਆਂ ਦੀ ਚੋਣ ਕਰਨੀ ਸੀ ਮੈਚ ਤੋਂ ਬਾਅਦ ਫਿਰ ਕੱਲੇ-ਕੱਲੇ ਖਿਡਾਰੀ ਨੂੰ ਬੁਲਾਇਆ ਗਿਆ ਸੀ ਉਹਨਾਂ ਦੇ ਇੰਟਰਵਿਊ ਲੈ ਕੇ ਸਾਰਿਆਂ ਨੂੰ ਘਰ ਤੋਰ ਦਿੱਤਾ ਸੀ ਦੂਜੇ ਦਿਨ ਚੁਣੇ ਖਿਡਾਰੀਆਂ ਦੀ ਲਿਸਟ ਦਫ਼ਤਰ ਲਗਣੀ ਸੀ ਰਵੀ ਦੂਜੇ ਦਿਨ ਆਰੀਆਂ ਨੂੰ ਲੈ ਕੇ ਕੋਚ ਦੇ ਦਫ਼ਤਰ ਪਹੁੰਚ ਗਿਆ ਸੀ ਪਾਪਾ ਲਿਸਟ 'ਚ ਮੇਰਾ ਤਾਂ ਨਾਂ ਹੀ ਹੈ ਨੀ ਮੇਰੇ ਜੋ ਸੱਜੇ ਪਾਸੇ ਸਟ੍ਰਾਈਕਰ ਖੇਡਦਾ ਸੀ ਉਹਦਾ ਨਾਂ ਤਾਂ ਹੈਗਾ ਹੈਂ ਹੈ ਨਹੀਂ ਹਦ ਹੋ ਗਈ ਯਾਰ ਤੂੰ ਤਾਂ ਸਭ ਨਾਲੋਂ ਚੰਗਾ ਖੇਡਿਆ ਸੀ ਕਿਹੜੇ ਮੁੰਡੇ ਦਾ ਨਾਮ ਹੈ ਭਲਾ ਉਹੀ ਤੇਰੇ ਨਾਲ ਸਟ੍ਰਾਈਕਰ ਜੂ ਖੇਡਦਾ ਸੀ 7 ਨੰਬਰ ਜਰਸੀ ਵਾਲਾ ਹੈ ਯਾਰ ਉਹ ਤਾਂ ਜਮਾਂ ਹੀ ਗਲਤ ਖੇਡਦਾ ਸੀ ਬਾਲ ਤੇ ਮਗਰ ਤਾਂ ਉਹਦੇ ਕੋਲੋਂ ਭੱਜਣੀ ਸੀ ਹੁੰਦਾ ਕਮਾਲ ਹੈ ਯਾਰ ਭਰਿਆ ਭੀ ਤਾਂ ਕੋਚ ਦੇ ਕਮਰੇ ਚ ਚਲਾ ਗਿਆ ਉੱਥੇ ਹੋਰ ਅਫਸਰ ਵੀ ਬੈਠੇ ਸਨ ਗੱਲ ਸੁਣੋ ਕੋਚ ਸਾਹਿਬ ਮੇਰੀ ਭਲਾ ਤੁਸੀਂ ਕਿਸ ਬੇਸ ਤੇ ਮੇਰੇ ਮੁੰਡੇ ਆਰੀਆਂ ਨੂੰ ਸਿਲੈਕਟ ਨਹੀਂ ਕੀਤਾ ਗੱਲ ਸੁਣੋ ਮੇਰੀ ਇਹ ਸਭ ਨਾਲੋਂ ਵਧੀਆ ਖੇਡਿਆ ਕੋਈ ਮੁਕਾਬਲਾ ਸੀ ਯਾਰੇ ਦਾ ਤੁਸੀਂ ਵੇਖਦੇ ਹੀ ਸੀ ਡਿਫੈਂਡਰਾਂ ਦੀ ਕੰਧ چیر ਕੇ ਬਾਲ ਲੈ ਕੇ ਜਾਂਦਾ ਰਿਹਾ ਤੇ ਤੁਸੀਂ ਜੋ ਮੁੰਡਾ ਰੱਖਿਆ ਉਹ ਕੋਈ ਖਿਡਾਰੀ ਸੀ ਬਾਲ ਉਹਦੇ ਕੋਲੋਂ ਨਹੀਂ ਫੜਿਆ ਜਾਂਦਾ ਆਪਣੇ ਨਾਲ ਦੇ ਖਿਡਾਰੀ ਨੂੰ ਪਾਸ ਕਰਨ ਤੋਂ ਪਹਿਲਾਂ ਵਿਰੋਧੀ ਖਿਡਾਰੀ ਉਹਦੇ ਕੋਲੋਂ ਬਾਲ ਖੋਹ ਲੈਂਦਾ ਸੀ ਦੌੜ ਉਹਦੇ ਕੋਲੋਂ ਨਹੀਂ ਸੀ ਹੁੰਦਾ ਇਹੋ ਜੇ ਗਧੇ ਟੀਮ 'ਚ ਭਰਤੀ ਕਰਕੇ ਤੁਸੀਂ ਏਸ਼ੀਆ ਕੱਪ ਜਿੱਤ ਲਓਗੇ ਦੱਸੋ ਮੈਨੂੰ ਰਵੀ ਆਪਣਾ ਬਲੇਜ਼ਰ ਠੀਕ ਕਰਦਾ ਬੋਲਿਆ ਸੀ ਤੂੰ ਹੈ ਕੌਣ ਬਈ ਤੈਨੂੰ ਪਤਾ ਤੂੰ ਕਿਹਦੇ ਨਾਲ ਗੱਲ ਕਰ ਰਿਹਾ ਹੈਂ ਸਾਨੂੰ ਸਰਕਾਰ ਨੇ ਐਵੇਂ ਨਹੀਂ ਕੋਚ ਬਣਾਇਆ ਅਸੀਂ ਸਭ ਕੁਝ ਵੇਖ ਕੇ ਖਿਡਾਰੀ ਚੁਣਦੇ ਆ ਕੋਚ ਪੈਨ ਨੂੰ ਘੁਮਾਉਂਦਾ ਤਲਖੀ ਚ ਬੋਲਿਆ ਸੀ ਵੇਖੋ ਮੇਰੇ ਵੱਲ ਆਹ ਬਲੇਜ਼ਰ ਵੇਖਦੇ ਹੋ ਵੇਖਦੇ ਹੋ ਇਹਦੇ ਤੇ ਇੰਡੀਆ ਲਿਖਿਆ ਹੋਇਆ ਤੁਹਾਨੂੰ ਪਤਾ ਇਹ ਬਲੇਜ਼ਰ ਕੌਣ ਪਾਉਂਦਾ ਸੀ ਇਹ ਵੀ ਪਤਾ ਹੋਣਾ ਮੈਂ ਰਵੀ ਕੁਮਾਰ ਹਾਂ ਰਵੀ ਕੁਮਾਰ ਯਾਰ ਮੈਂ ਵੀ ਫੁੱਟਬਾਲ ਦਾ ਪਲੇਅਰ ਰਿਆਂ ਮੈਂ ਵੀ ਅੰਤਰਰਾਸ਼ਟਰੀ ਟੂਰਨਾਮੈਂਟ ਖੇਡੇ ਆ ਆਪਣੇ ਸਮੇਂ 'ਚ ਆਪਣੇ ਵਰਗਾ ਡਿਫੈਂਡਰ ਮੈਂ ਜੰਮਣ ਨਹੀਂ ਦਿੱਤਾ ਜਾਂ ਤਾਂ ਬਾਗ ਗੋਲਾਂ 'ਚ ਲੰਘ ਜਾਵੇ ਬਾਜ਼ਰਗੀ ਅੱਖ ਸੀ ਮੇਰੀ ਬਾ ਬੰਗਲੌਰ ਵਾਲੀ ਰੈੱਡ ਸਟਾਰ ਫੁੱਟਬਾਲ ਕਲੱਬ ਦਾ ਨਾਮ ਸੁਣਿਆ ਹੋਣਾ ਉਹ ਚੁਣ-ਚੁਣ ਕੇ ਖਿਡਾਰੀ ਰੱਖਦੇ ਸੀ ਉਸ ਵੇਲੇ ਉਹਨੂੰ ਭਾਰਤ ਦੀ ਕੋਈ ਕਲੱਬ ਹਰਾ ਨਹੀਂ ਸੀ ਸਕਦੀ ਮੈਂ ਉਹਨੂੰ ਹਰਾਇਆ ਇੱਕ ਵਾਰ ਨਹੀਂ ਕਈ ਵਾਰ ਮੈਂ ਗੋਲ ਹੀ ਨਹੀਂ ਸੀ ਹੋਣ ਦਿੰਦਾ ਤੇ ਜਦੋਂ ਅਸੀਂ ਰੈੱਡ ਸਟਾਰ ਕਲੱਬ ਨੂੰ ਹਰਾਉਂਦੇ ਹੁੰਦੇ ਸੀ ਤਾਂ ਅਖਬਾਰਾਂ 'ਚ ਹੈਡਿੰਗ ਲੱਗਦੇ ਹੁੰਦੇ ਸੀ ਰੈੱਡ ਸਟਾਰ ਕਲੱਬ ਬਨਾਮ ਰਵੀ ਕੁਮਾਰ ਆਹ ਵੇਖੋ ਅਖਬਾਰ ਤੇ ਰਵੀ ਕੁਮਾਰ ਨੇ ਕੋਟ ਦੀ ਜੇਬ ਚ ਪੁਰਾਣੀ ਲੈਮੀਨੇਸ਼ਨ ਕੀਤੀ ਅਖਬਾਰ ਕੱਟ ਕੇ ਉਹਨਾਂ ਨੂੰ ਬਕਾਈ। ਅੱਛਾ ਅੱਛਾ ਤੂੰ ਇਹ ਰਵੀ ਕੁਮਾਰ ਹੁਣ ਤੇਰਾ ਸਮਾਂ ਨਹੀਂ ਹੈ ਇਹ ਉਹ ਤਾਂ ਬੀਤ ਗਿਆ ਹੁਣ ਸਾਡਾ ਸਮਾਂ ਤੂੰ 30 ਸਾਲ ਪੁਰਾਣੀਆਂ ਗੱਲਾਂ ਅੱਜ ਕਰ ਰਿਹਾ ਤੁਰਦਾ ਹੋਇਆ ਇਥੋਂ ਤੇ ਕੋਚ ਦੇ ਨਾਲ ਬੈਠਾ ਖੇਡ ਡਾਇਰੈਕਟਰ ਕਹਿਣ ਲੱਗਾ ਸੀ ਤੇ ਬਾਕੀ ਬੈਠੇ ਅਧਿਕਾਰੀ ਹੱਸਣ ਲੱਗ ਪਏ ਸਨ ਮੈਂ ਤੁਹਾਨੂੰ ਦੱਸਾਂ ਤੁਹਾਡੇ ਵਰਗੇ 5-7 ਹੋਰ ਕੋਚ ਜੰਮ ਪਏ ਤਾਂ ਤੁਸੀਂ ਦੇਸ਼ ਚੋਂ ਫੁੱਟਬਾਲ ਦਾ ਬੀਜ ਨਾਸ ਕਰੋਗੇ ਓਏ ਖੌਫ ਖਾ ਵਈ ਰੱਬ ਦੇ ਘਰ ਚੋਂ ਇਹੋ ਜਿਹੇ ਹੀਰੇ ਖਿਡਾਰੀ ਤੁਸੀਂ ਮਿੱਟੀ ਚ ਰੋਲ ਰਹੇ ਹੋ ਕਹਿੰਦਾ ਰਵੀ ਬਾਹਰ ਆ ਗਿਆ Papa ਤੁਸੀਂ ਫਿਕਰ ਕਿਉਂ ਕਰਦੇ ਹੋ ਇੱਕ ਦਿਨ ਮੈਂ ਚੋਟੀ ਦਾ ਖਿਡਾਰੀ ਬਣਾਂਗਾ ਆਰੀਅਨ ਬੜੇ ਮਾਣ ਨਾਲ ਕਹਿ ਰਿਹਾ ਸੀ ਤੇ ਰਵੀ ਜ਼ਹਿਰ ਨਾਲ ਭਰਿਆ ਪੀਤਾ ਬਾਹਰ ਆ ਗਿਆ ਸੀ ਰਵੀ ਆਪਣੇ ਪੁੱਤ ਨੂੰ ਰਿਕਸ਼ੇ ਤੇ ਬਿਠਾ ਕੇ ਬਸ ਸੱਡੇ ਵੱਲ ਤੁਰ ਪਿਆ ਸੀ ਰਵੀ ਕੁਮਾਰ ਰਿਕਸ਼ੇ ਤੇ ਬੈਠਦਿਆਂ ਹੀ ਖਾਮੋਸ਼ ਹੋ ਗਿਆ ਸੀ ਉਹਨੂੰ ਆਪਣੀ ਖੇਡ ਦੇ ਦਿਨ ਚੇਤੇ ਆ ਗਏ ਸਨ ਸਕੂਲੋਂ ਨਿਕਲਦੇ ਹੀ ਉਹਨੂੰ ਪੰਜਾਬ ਕਿਕਰ ਕਲੱਬ ਵਾਲਿਆਂ ਨੇ ਆਪਣੀ ਕਲੱਬ ਵਿੱਚ ਲੈ ਲਿਆ ਸੀ ਦਰਅਸਲ ਰਵੀ ਨੂੰ ਇੱਕ ਪਿੰਡੂ ਫੁੱਟਬਾਲ ਟੂਰਨਾਮੈਂਟ ਖੇਡਦੇ ਹਾਂ ਕਲੱਬ ਦੇ ਪ੍ਰਧਾਨ ਨੇ ਵੇਖ ਲਿਆ ਸੀ ਰਵੀ ਕਲੱਬ 'ਚ ਡਿਫੈਂਡਰ ਪੋਜੀਸ਼ਨ ਤੇ ਖੇਡਣ ਲੱਗਾ ਸੀ ਬਹੁਤ ਜਲਦੀ ਉਹ ਕਲੱਬ ਦਾ ਵਧੀਆ ਖਿਡਾਰੀ ਬਣ ਗਿਆ ਸੀ ਉਹਦੀ ਡਿਫੈਂਸ ਇੰਨੀ ਤਕੜੀ ਸੀ ਕਿ ਗੋਲ ਕੀਪਰ ਅੱਗੇ ਕੰਧ ਬਣ ਕੇ ਖੜ ਜਾਂਦਾ ਸੀ ਉਹਦੇ ਸਰੀਰ 'ਚ ਇੰਨੀ ਫੁਰਤੀ ਤੇ ਲਚਕ ਸੀ ਕਿ ਫੁੱਟਬਾਲ ਤੇ ਬਾਜਵਾਂਗ ਚੱਪਟ ਪੈਂਦਾ ਸੀ ਲੋਕੀ ਕਹਿੰਦੇ ਸਨ ਬਈ ਰਵੀ ਤਾਂ ਵਿਰੋਧੀ ਟੀਮ ਅੱਗੇ ਚੀਨ ਦੀ ਕੰਧ ਬਣ ਕੇ ਖੜ ਜਾਂਦਾ ਹੈ। ਜਾਂ ਤਾਂ ਬਾਲ ਉਹਨੂੰ ਪਾਰ ਕਰ ਜਾਏ ਤੇ ਜਦੋਂ ਵਿਰੋਧੀ ਟੀਮ ਨੂੰ ਪਤਾ ਲੱਗਦਾ ਸੀ ਕਿ ਰਵੀ ਡਿਫੈਂਸ ਤੇ ਹੈ ਉਹਨਾਂ ਦੇ ਦਿਲ ਟੁੱਟ ਜਾਂਦੇ ਸਨ। ਮੈਚ ਵਿੱਚ ਜਦੋਂ ਦੂਜੀ ਵਿਰੋਧੀ ਟੀਮ ਦਾ ਸਟ੍ਰਾਈਕਰ ਬਾਲ ਲੈ ਕੇ ਆਉਂਦਾ ਉਸ ਕਿੰਟਾਂ ਚ ਬਾਲ ਕੋ ਕੇ ਆਪਣੇ ਮਿਡਫੀਲਡਰ ਨੂੰ ਪਾਸ ਕਰ ਦਿੰਦਾ ਵਿਰੋਧੀਆਂ ਨੂੰ ਦੁੜਾ-ਦੁੜਾ ਕੇ ਸਾਹੋਂ ਸਾਹ ਕਰ ਦਿੰਦਾ। ਸਾਰੇ ਉਹਨੂੰ ਲੋਹੇ ਦੀਆਂ ਲੱਤਾਂ ਵਾਲਾ ਰਵੀ ਕਹਿੰਦੇ ਸੀ ਜਾਂ ਫਿਰ ਚੀਨ ਦੀ ਕੰਧ ਕਹਿੰਦੇ। ਗੱਲ ਉਸ ਵੇਲੇ ਦੀ ਹੈ ਜਦੋਂ ਪੰਜਾਬ ਕਿਕਰ ਕਲੱਬ ਨੇ ਨੈਸ਼ਨਲ ਕੱਪ ਜਿੱਤੇ ਸੀ ਤੇ ਰਵੀ ਕੁਮਾਰ ਦਾ ਨਾਮ ਅਖਬਾਰ 'ਚ ਹੈਡਿੰਗ ਲੱਗਾ ਸੀ ਪੰਜਾਬ ਕਿਕਰ ਕਲੱਬ ਲਈ ਚੀਨ ਦੀ ਕੰਧ ਬਣਿਆ ਰਵੀ ਕੁਮਾਰ ਦੂਜੀ ਅਖਬਾਰ ਦਾ ਹੈਡਿੰਗ ਸੀ ਰਵੀ ਡਿਫੈਂਡਰ ਬਨਾਮ ਚੀਨ ਦੀ ਦੀਵਾਰ ਬਿਨਾ ਕਿਸੇ ਡਰ ਦੀ ਉਹ ਵਿਰੋਧੀ ਸਟ੍ਰਾਈਕਰ ਨਾਲ ਭੜ ਜਾਂਦਾ ਸੀ ਪਤਾ ਨਹੀਂ ਕਿੰਨੀ ਵਾਰ ਡਿੱਗਿਆ ਹੋਣਾ ਪਰ ਖਤਰਨਾਕ 60 ਤੋਂ ਬਚਦਾ ਰਿਹਾ ਸੀ ਬਚਪਨ 'ਚ ਪਿਓ ਵੱਲੋਂ ਖਵਾਇਆ ਮਟਨ ਚਿਕਨ ਤੇ ਬੱਕਰੀ ਦੀ ਖਰਾਉਂਡਿਆਂ ਦੀ ਸੂਪ ਨੇ ਉਹਦੇ ਮਸਲ ਚ ਲੋਹਾ ਤੇ ਹੱਡੀਆਂ ਚ ਸਟੀਲ ਭਰ ਦਿੱਤਾ ਸੀ। ਉਦੋਂ ਕਲੱਬ ਦੀ ਸਾਰੀ ਟੀਮ ਰਵੀ ਦਿਵਾਲੇ ਘੁੰਮਦੀ ਸੀ। ਉਹਦੀ ਤੇ ਉਹਦੇ ਬਾਕੀ ਸਾਥੀਆਂ ਦੀ ਡਿਫੈਂਸ ਇੰਨੀ ਤਕੜੀ ਸੀ ਕਿ ਬਾਲ ਵਿਰੋਧੀਆਂ ਤੋਂ ਖੋ ਕੇ ਆਪਣੇ ਸਟ੍ਰਾਈਕਰਾਂ ਤੋਂ ਅੱਗੇ ਮਾਰਦੇ ਸਨ। ਉਸ ਸਮੇਂ ਪੰਜਾਬ ਕਿਕਰ ਕਲੱਬ ਨੇ ਨੈਸ਼ਨਲ ਕੱਪ ਜਿੱਤੇ ਅਸੀ ਤਾਂ ਰਵੀ ਦੇ ਨਾਂ ਨਾਲ ਸਾਰੇ ਅਨੇ ਰਵੀ ਡਿਫੈਂਡਰ ਲਾ ਦਿੱਤਾ ਸੀ। ਇਸੇ ਨਾਂ ਨਾਲ ਉਹ ਪੂਰੇ ਫੁੱਟਬਾਲ ਜਗਤ 'ਚ ਪ੍ਰਸਿੱਧ ਹੋ ਗਿਆ ਸੀ। ਉੱਤਰੋ ਬਾਉਜੀ ਅੱਡਾ ਆ ਗਿਆ ਰਿਸ਼ਕੇ ਵਾਲੇ ਨੇ ਬ੍ਰੇਕ ਮਾਰ ਕੇ ਰਵੀ ਦਾ ਧਿਆਨ ਤੋੜ ਦਿੱਤਾ ਸੀ ਰਵੀ ਡਿਫੈਂਡਰ ਮਿੱਟੀ ਹੋਏ ਸਰੀਰ ਨੂੰ ਲੈ ਕੇ ਰਿਕਸ਼ੇ 'ਚ ਉਤਰਿਆ ਸੀ ਉਹਨੇ ਆਪਣੇ ਬਲੇਜ਼ਰ ਨੂੰ ਹੱਥਾਂ ਨਾਲ ਝਾੜਿਆ ਸੀ ਉਹਨੇ ਰਿਕਸ਼ੇ ਵਾਲੇ ਨੂੰ 40 ਰੁਪਏ ਦਿੱਤੇ ਤੇ ਆਪਣੇ ਪੁੱਤ ਨੂੰ ਕਿਹਾ ਸੀ ਪੁੱਤਰਾ ਤੂੰ ਫਿਕਰ ਨਾ ਕਰ ਤੇਰਾ ਬਾਪ ਆਪਣੇ ਸਮੇਂ ਦਾ ਪ੍ਰਸਿੱਧ ਡਿਫੈਂਡਰ ਹੋਇਆ ਸਾਰੇ ਮੈਨੂੰ ਰਵੀ ਡਿਫੈਂਡਰ ਦੇ ਨਾਂ ਨਾਲ ਜਾਣਦੇ ਆਂ ਜਿਵੇਂ ਹੁਣ ਆਪਾਂ ਸ਼ਾਨ ਨਾਲ ਰਿਕਸ਼ੇ ਤੋਂ ਉਤਰਿਆ ਨਾ ਇਹੋ ਜੀ ਸ਼ਾਨ ਨਾਲ ਅਸੀਂ ਉਦੋਂ ਹਵਾਈ ਜਹਾਜ਼ ਤੋਂ ਉਤਰੇ ਸੀ ਜਦੋਂ ਏਸ਼ੀਆ ਮੁਲਕਾਂ ਦੇ థਾਈਲੈਂਡ ਵਿਖੇ ਹੋਏ ਅੰਤਰਰਾਸ਼ਟਰੀ ਗੋਲਡਨ ਕੱਪ ਨੂੰ ਜਿੱਤ ਕੇ ਆਏ ਸੀ ਯਾਰ ਉਦੋਂ ਸ਼ਾਨ ਸੀ ਤੇਰੇ ਪਿਓ ਦੀ ਆਹੀ ਬਲੇਜ਼ਰ ਪਾਇਆ ਸੀ ਇੰਡੀਆ ਲਿਖਿਆ ਵਾਲਾ ਬਲੇਜ਼ਰ ਤੂੰ ਐਵੇਂ ਦਿਲ ਥੋੜਾ ਨਾ ਕਰੇ ਤੇਰੀ ਗੇਮ ਬਹੁਤ ਮਾਰਕੇ ਵਾਲੀ ਹੈ ਤੈਨੂੰ ਅੱਗੇ ਵਧਣ ਤੋਂ ਕੋਈ ਮਾਈ ਦਾ ਲਾਲ ਰੋਕ ਨਹੀਂ ਸਕਦਾ ਹਾਂ ਉਹ ਅੰਤਰਰਾਸ਼ਟਰੀ ਗੋਲਡਨ ਏਸ਼ੀਆ ਕੱਪ ਹੈ ਹੀ ਸ਼ਾਨ ਵਾਲਾ ਸੀ ਰਵੀ ਕੁਮਾਰ ਨੂੰ ਕੱਪ ਚਾਹਤੇ ਆ ਗਿਆ। ਉਹ ਦਵੰਤਮ ਮੈਚ ਸੀ ਟੀਮ ਦੇ ਕੋਚ ਨੇ ਰਵੀ ਨੂੰ ਸਖਤੀ ਨਾਲ ਕਿਹਾ ਸੀ ਕਿ ਤੁਸੀਂ ਇਹ ਮੈਚ ਹਰ ਹਾਲਤ ਚ ਹਾਰਨਾ ਹੈ। ਸਾਡੇ ਉੱਪਰ ਮੇਜ਼ਬਾਨ ਕੰਟਰੀ ਦਾ ਬਹੁਤ ਦਬਾਅ ਹੈ। ਤੂੰ ਮਾੜਾ ਖੇਡਣਾ ਕੋਈ ਗੋਲ ਨਹੀਂ ਕਰਨਾ। ਇਸ ਤਰ੍ਹਾਂ ਕਿੱਕਾ ਮਾਰੋ ਕਿ ਬਾਲ ਗੋਲ ਪੋਸਟ ਦੇ ਉੱਪਰੋਂ ਦੀ ਜਾਵੇ। ਵੱਧ ਤੋਂ ਵੱਧ ਫਾਉਲ ਕਰੋ। ਜੇ ਅਜਿਆ ਨਹੀਂ ਕਰੇਗਾ ਤਾਂ ਭਵਿੱਖ ਚ ਟੀਮ ਚ ਖੇਡ ਨਹੀਂ ਸਕੇਗਾ। ਕੋਚ ਦੀ ਗੱਲ ਸੁਣ ਕੇ ਰਵੀ ਪਰੇਸ਼ਾਨ ਹੋ ਗਿਆ ਸੀ। ਰਵੀ ਤਾਂ ਉੱਥੇ ਇੰਡੀਆ ਲਈ ਖੇਡ ਰਿਹਾ ਸੀ। ਗਰਾਊਂਡ 'ਚ ਵਾਰਮ-ਅਪ ਹੁੰਦਾ ਉਹ ਧਰਮ ਸੰਕਟ 'ਚ ਫਸਦਾ ਜਾ ਰਿਹਾ ਸੀ। ਰਵੀ ਉਸ ਮੈਚ ਵਿੱਚ ਸਟ੍ਰਾਈਕਰ ਖੇਡ ਰਿਹਾ ਸੀ। ਵਿਰੋਧੀ ਟੀਮ ਨੇ ਆਫਸਾਈਡ ਤੇ ਜਾ ਕੇ ਗੋਲ ਕਰ ਦਿੱਤਾ ਜਿਹਨੂੰ ਮੰਨਿਆ ਨਾ ਗਿਆ। ਵਿਰੋਧੀ ਟੀਮ ਨੇ ਆਪਣੀ ਡਿਫੈਂਸ ਮਜ਼ਬੂਤ ਕਰ ਦਿੱਤੀ ਸੀ। ਰਵੀ ਨੇ ਆਪਣੇ ਸਾਥੀ ਮਿਡਫੀਲਡਰਾਂ ਨਾਲ ਪੂਰਾ ਦਬਾਅ ਬਣਾ ਕੇ ਰੱਖਿਆ ਸੀ। ਗੇਂਦ ਵਿਰੋਧੀ ਦੇ ਗੋਲਾਂ 'ਚ ਰੱਖਣਾ ਹੀ ਉਹਨਾਂ ਦੀ ਵਿਅੰਤਪੰਦੀ ਸੀ। ਸੈਕੰਡ ਹਾਫ ਤੇ ਗੇਮ ਪਹੁੰਚ ਗਈ ਸੀ ਆਖਿਰ ਰਵੀ ਕੁਮਾਰ ਨੇ ਕੋਚ ਦੀ ਨਸੀਹਤ ਦਿਮਾਗ ਚੋਂ ਕੱਢ ਗਰਾਊਂਡ ਚੋਂ ਬਾਹਰ ਸੁੱਟ ਦਿੱਤੀ ਤੇ ਇੰਡੀਆ ਲਈ ਖੇਡਣ ਵਾਲਾ ਸਟ੍ਰਾਈਕਰ ਮੈਦਾਨ ਚ ਨੇਤਰ ਪਿਆ ਸੀ ਉਹਦੀ ਟੀਮ ਦੇ ਸੱਜੇ ਖੱਬੇ ਦੇ ਸਟ੍ਰਾਈਕਰ ਬਾਲ ਲੈ ਕੇ ਜਾਂਦੇ ਦੂਜੇ ਪਾਸੇ ਪੂਰੀ ਡਿਫੈਂਸ ਕਰਦੀ ਹੋਈ ਟੀਮ ਬਾਲ ਗਰਾਊਂਡ ਤੋਂ ਬਾਹਰ ਕੱਢ ਦਿੰਦੀ ਇਹਨਾਂ ਨੂੰ ਕਾਰਨਰ ਮਿਲ ਜਾਂਦਾ ਪਰ ਬਾਲ ਗੋਲਾਂ ਚ ਜਾਂਦਾ ਨਾ ਵਿਰੋਧੀ ਪਹਿਲਾਂ ਹੀ ਰੋਕ ਲੈਂਦੇ ਸਾਰੇ ਗਲਤ ਖੇਡ ਰਹੇ ਸਨ ਇੱਕ ਵਾਰ ਰਵੀ ਦੀ ਟੀਮ ਦੇ ਮਿਡਫੀਲਡਰ ਨੇ ਬਾਲ ਬਣਾ ਕੇ ਸੱਜੇ ਪਾਸੇ ਖੇਡਦੇ ਸਟ੍ਰਾਈਕਰ ਨੂੰ ਦਿੱਤਾ ਸਟ੍ਰਾਈਕਰ ਨੇ ਬਾਲ ਗੋਲ ਪੋਸਟ ਦੇ ਉੱਪਰ ਦੀ ਲੰਘਾਤਾ ਸੀ ਲੈਸ ਵਾਲੇ ਨੇ ਲਿੱਦ ਕਰਦੀ ਇਹ ਵੀ ਖੇਡ ਗਿਆ ਕੋਚ ਦੀ ਗੇਮ ਰਵੀ ਗੁੱਸੇ 'ਚ ਬੋਲਿਆ ਸੀ ਗੇਮ ਸਿਖਰ ਤੇ ਸੀ ਮਿਡਫੀਲਡਰ ਵੱਲੋਂ ਬਹੁਤ ਵਧੀਆ ਬਾਲ ਵਿਰੋਧੀ ਤੋਂ ਖੋ ਕੇ ਰਵੀ ਨੂੰ ਪਾਸ ਕਰ ਦਿੱਤਾ ਸੀ ਰਵੀ ਨੇ ਇਹਨੂੰ ਸੁਨਹਿਰੀ ਮੌਕਾ ਸਮਝਿਆ ਸੀ ਰਵੀ ਕੁਮਾਰ ਨੇ ਰਵੀ ਕੁਮਾਰ ਦੇ ਦਿਮਾਗ 'ਚ ਇੱਕਦਮ ਆਇਆ ਸੀ ਲੈਫ ਹੁਣ ਵੇਖੀ ਜੋ ਜੋ ਹੋ ਮੈਂ ਇੰਡੀਆ ਦੀ ਇੱਜ਼ਤ ਰੱਖਣੀ ਹੈ ਲੈਫ ਰਵੀ ਹੁਣ ਖੇਡਣ ਲੱਗਾ ਆਪਣੀ ਗੇਮ ਤੇ ਚੀਤੇ ਦੀ ਫੁਰਤੀ ਨਾਲ ਵਿਰੋਧੀ ਦੇ ਇੱਕ ਡਿਫੈਂਡਰ ਨੂੰ ਕੱਟਦਾ ਹੋਇਆ ਰਵੀ ਬਾਲ ਅੱਗੇ ਲੈ ਗਿਆ ਫੇਰ ਦੂਜਾ ਡਿਫੈਂਡਰ ਆ ਗਿਆ ਸੀ ਤੇ ਉਹਨੇ ਦੂਜਾ ਜਦੋਂ ਦੂਜੇ ਡਿਫੈਂਡਰ ਨੂੰ ਕੱਟ ਕੇ ਗੋਲਾ ਗੋਲਾਂ ਵੱਲ ਨੂੰ ਬਾਲ ਦੀ ਕਿੱਕ ਮਾਰੀ ਤਾਂ ਦੂਜਾ ਡਿਫੈਂਡਰ ਉਹਦੀਆਂ ਲੱਤਾਂ 'ਚ ਆ ਲੱਗਾ ਰਵੀ ਨਾਲ ਹੀ ਡਿੱਗ ਪਿਆ ਤੇ ਡਿੱਗਦਿਆਂ ਉਹਦੀਆਂ ਦੋ ਤਿੰਨ ਬਾਜ਼ੀਆਂ ਪੈ ਗਈਆਂ ਰਵੀ 'ਚੋਂ ਫਾਲ ਡਿੱਗ ਪਿਆ ਉਦੋਂ ਹੀ ਰੌਲੇ ਪੈ ਗਈ ਸੀ ਗੋਲ ਗੋਲ ਰਵੀ ਦੀ ਜ਼ਬਰਦਸਤ ਕਿੱਕ ਨਾਲ ਗੋਲ ਹੋ ਗਿਆ ਸੀ ਪਰ ਰਵੀ ਉੱਠਿਆ ਨਹੀਂ ਸੀ ਉਹਦੀ ਸੱਜੀ ਲੱਤ ਦੀ ਥੱਲੇ ਦੀ ਹੱਡੀ ਤੇ ਗਹਿਰੀ ਸੱਟ ਲੱਗੀ ਸੀ ਜਿਹੜੀ ਕਿ ਕਾਫੀ ਦੇਰ ਬਾਅਦ ਠੀਕ ਹੋਈ ਸੀ ਪਰ ਰਵੀ ਕੁਮਾਰ ਬੜੀ ਸ਼ਾਨ ਨਾਲ ਫੁੱਟਬਾਲ ਦੀ ਟੀਮ ਨਾਲ ਹਵਾਈ ਜਹਾਜ਼ ਤੋਂ ਉਤਰਿਆ ਸੀ ਜਹਾਜ਼ ਤੋਂ ਉਤਰਦਿਆਂ ਹੀ ਕੋਚ ਨੇ ਆਪਣਾ ਫੁਰਮਾਨ ਰਵੀ ਨੂੰ ਸੁਣਾ ਦਿੱਤਾ ਸੀ ਮਿਸਟਰ ਰਵੀ ਕੁਮਾਰ ਅੱਜ ਤੋਂ ਬਾਅਦ ਤੁਸੀਂ ਇੰਡੀਆ ਟੀਮ 'ਚ ਖੇਡ ਨਹੀਂ ਸਕੋਗੇ ਉਦੋਂ ਰਵੀ ਕੁਮਾਰ ਤੋਂ ਅੰਦਰੋਂ ਹਿੱਲ ਗਿਆ ਸੀ ਕੋਚ ਸਾਹਿਬ ਮੈਂ ਆਪਣੇ ਇੰਡੀਆ ਲਈ ਖੇਡਿਆ ਤੁਹਾਡੇ ਲਈ ਨਹੀਂ ਆ ਲੱਤ ਵੀ ਇੰਡੀਆ ਲਈ ਤੋੜਵਾਈ ਹੈ ਬੋਤਸਾਬ ਮੈਂ ਆਪਣੀ ਗੇਮ ਖੇਡ ਗਿਆ ਤੁਸੀਂ ਆਪਣੀ ਗੇਮ ਖੇਡੋ ਇਹ ਸੋਚਦੇ ਹੋ ਬਸ ਨੇੜੇ ਪਹੁੰਚ ਗਿਆ ਸੀ ਬਸ ਸਚੜਦੇ ਆਂ ਹੀ ਰਵੀ ਨੇ ਕਿਹਾ ਸੀ ਪੁੱਤਰਾ ਤੂੰ ਇੱਕ ਦਿਨ ਆਂ ਇੰਡੀਆ ਦਾ ਕੋਟ ਪਾ ਕੇ ਅੰਤਰਰਾਸ਼ਟਰੀ ਖਿਡਾਰੀ ਬਣੇਗਾ ਮੈਂ ਤੇਰੀ ਗੇਮ ਵੇਖੀ ਆ ਐਨੇ ਸਾਲਾਂ ਤੋਂ ਤੈਨੂੰ ਪ੍ਰੈਕਟਿਸ ਕਰਵਾ ਰਿਆ ਤੇ ਬਸ ਪਿੰਡ ਵੱਲ ਨੂੰ ਤੁਰ ਪਈ ਸੀ ਅੰਤਰਰਾਸ਼ਟਰੀ 골ਡਨ ਏਸ਼ੀਆ ਕੱਪੋ ਫਾਈਨਲ ਮੈਚ ਉਹਦਾ ਅੰਤਮ ਮੈਚ ਹੋ ਨਿਬੜਿਆ ਸੀ ਆਪਣੇ ਕੰਟਰੀ ਇੰਡੀਆ ਪਰਤਨ ਤੋਂ ਤੀਜੇ ਦਿਨ ਹੀ ਗਹਿਰੀ ਸੱਟ ਦਾ ਬਹਾਨਾ ਬਣਾ ਕੇ ਰਵੀ ਕੁਮਾਰ ਨੂੰ ਇੰਟਰਨੈਸ਼ਨਲ ਟੀਮ ਚੋਂ ਬਾਹਰ ਕਰ ਦਿੱਤਾ ਗਿਆ ਸੀ ਪਰ ਰਵੀ ਨੂੰ ਇਸ ਗੱਲ ਦਾ ਮਾਣ ਸੀ ਕਿ ਉਹਦੇ ਗੋਲ ਨੇ ਅੰਤਰਰਾਸ਼ਟਰੀ 골ਡਨ ਏਸ਼ੀਆ ਕੱਪ ਇੰਡੀਆ ਦੀ ਝੋਲੀ ਪਾਇਆ ਸੀ ਰਵੀ ਕੁਮਾਰ ਦੀ ਲੱਤ ਜਲਦੀ ਠੀਕ ਹੋ ਗਈ ਸੀ ਘਰ ਪਰਤ ਕੇ ਪੰਜਾਬ ਕਿਕਰ ਕਲੱਬ ਲਈ ਮੁੜ ਖੇਡਣ ਲੱਗ ਪਿਆ ਨੈਸ਼ਨਲ ਕੱਪ ਮੁੜ ਸ਼ੁਰੂ ਹੋ ਗਿਆ ਸੀ ਕੁਆਟਰਫਾਈਨਲ ਚ ਰਵੀ ਦੀ ਕਲੱਬ ਦਾ ਮੈਚ ਰਾਜਧਾਨੀ ਫੁੱਟਬਾਲ ਕਲੱਬ ਨਾਲ ਲੱਗਿਆ ਸੀ ਰਾਜਧਾਨੀ ਕਲੱਬ ਦੇ 2-3 ਖਿਡਾਰੀ ਰਵੀ ਨਾਲ ਉਦੋਂ ਤੋਂ ਖਾਰਖਾਨਾ ਲੱਗ ਪਏ ਸਨ ਜਦੋਂ ਤੋਂ ਆਪਣੀ ਗੇਮ ਦੇ ਸਿਰ ਤੇ ਅੰਤਰਰਾਸ਼ਟਰੀ ਗੋਲਡਨ ਏਸ਼ੀਆ ਕਪੀ ਲਈ ਸਿਲੈਕਟ ਹੋਇਆ ਸੀ ਮੈਚ ਚੱਲ ਰਿਹਾ ਸੀ ਰਵੀ ਡਿਫੈਂਸ ਤੇ ਖੇਡ ਰਿਹਾ ਸੀ ਵਿਰੋਧੀ ਟੀਮ ਦੇ ਇੱਕ ਖਿਡਾਰੀ ਨੇ ਬਾਲ ਬਚਾ ਕੇ ਫਾਰਵਰਡ ਖਿਡਾਰੀ ਨੂੰ ਕੱਟ ਲਿਆ ਸੀ ਅੱਗੇ ਰਵੀ ਡਿਫੈਂਡਰ ਆ ਗਿਆ ਉਹਨੇ ਬੜੀ ਫੁਰਤੀ ਨਾਲ ਬਾਲ ਨੂੰ ਉਹਦੀਆਂ ਲੱਤਾਂ ਚੋਂ ਲੰਘਾ ਕੇ ਬਾਲ ਆਪਣੇ ਸਾਥੀ ਨੂੰ ਪਾਸ ਕਰ ਦਿੱਤਾ ਉਦੋਂ ਹੀ ਉੱਪਰ ਦੀ ਵਿਰੋਧੀ ਟੀਮ ਦਾ ਗੁਰਮukh ਆ ਗਿਆ ਜੋ ਸਟ੍ਰਾਈਕਰ ਖੇਡ ਰਿਹਾ ਸੀ ਉਹ ਰਵੀ ਨਾਲ ਪੈੜ ਗਿਆ ਸੀ। ਉਹਨੇ ਰਵੀ ਦੀ ਲੱਤ ਤੇ ਜੰਪ ਮਾਰ ਕੇ ਬੂਟਾਂ ਸਵੇਧ ਪੰਜਾ ਮਾਰ ਕੇ ਰਵੀ ਨੂੰ ਥੱਲੇ ਸੁੱਟਦਾ ਸੀ। ਰਵੀ ਕੋਲ ਉੱਠਿਆ ਨਹੀਂ ਸੀ ਗਿਆ। ਉਹਦੀ ਖੱਬੀ ਲਾਦੀ ਹੱਡੀ ਤੜਕ ਗਈ ਸੀ। ਰਵੀ ਚਿੱਕਾ ਮਾਰ ਰਿਹਾ ਸੀ। ਰੈਫਰੀ ਨੇ ਗੁਰਮੁਖ ਨੂੰ ਰੈੱਡ ਕਾਰਡ ਦੇ ਕੇ ਬਾਹਰ ਕੱਢਦਾ ਸੀ। ਪਰ ਗੁਰਮੁਖ ਨੇ ਰਵੀ ਡਿਫੈਂਡਰ ਨੂੰ ਰੱਦੀ ਕਰ ਦਿੱਤਾ ਸੀ। ਰਵੀ ਪਛਤਾ ਰਿਹਾ ਸੀ ਕਿ ਮੈਂ ਗੁਰਮੁਖ ਨੂੰ ਮੌਕਾ ਹੀ ਕਿਉਂ ਦਿੱਤਾ। ਵਿਰੋਧੀ ਟੀਮ ਨੇ ਰਵੀ ਨੂੰ ਰੱਦੀ ਹੀ ਕਰਨਾ ਸੀ। ਰਵੀ ਦੀ ਲੱਤ ਟੁੱਟਣ ਨਾਲ ਪੰਜਾਬ ਕਿਕਰ ਕਲੱਬ ਦੀ ਵੀ ਲੱਤ ਟੁੱਟ ਗਈ ਸੀ ਫਿਰ ਰਵੀ ਨੂੰ ਪੈਰਾਂ 'ਤੇ ਖੜੇ ਹੋਣ ਲਈ 2 ਸਾਲ ਲੱਗੇ ਸਨ ਪਰ ਉਹਦੇ ਕੋਲੋਂ ਗੇਮ ਸਦਾ ਲਈ ਜਾਂਦੀ ਰਹੀ ਸੀ ਉਹਨੇ ਮੁੜ ਖੇਡਣ ਦੀ ਕੋਸ਼ਿਸ਼ ਕੀਤੀ ਪਰ ਰਵੀ ਕੋਲੋਂ ਚੀਤੇ ਵਾਲੀ ਫੁਰਤੀ ਨਹੀਂ ਸੀ ਰਹੀ ਉਹਦੇ ਅੰਦਰ ਇੱਕ ਡਰ ਬੈਠ ਗਿਆ ਸੀ ਮਤੇ ਕਿਤੇ ਦੂਜੀ ਵਾਰ ਉੱਥੋਂ ਹੀ ਲੱਤ ਨਾ ਟੁੱਟ ਜਾਏ ਤੇ ਇੱਕ ਦਿਨ ਰਵੀ ਡਿਫੈਂਡਰ ਨੂੰ ਪੰਜਾਬ ਕਿਕਰ ਕਲੱਬ ਦੇ ਪ੍ਰਧਾਨ ਨੇ ਕਿਹਾ ਸੀ ਯਾਰ ਤੂੰ ਐਡਾ ਵੱਡਾ ਖਿਡਾਰੀ ਹੈ ਤੇਰੇ ਵਰਗਾ ਡਿਫੈਂਡਰ ਕੋਈ ਜਮਿਆ ਨਹੀਂ ਸਾਰੇ ਕਹਿੰਦੇ ਸੀ ਜਿਸ ਟੀਮ ਅੱਗੇ ਰਵੀ ਡਿਫੈਂਡਰ ਚੀਨ ਦੀ ਕੰਧ ਵਾਂਗ ਖੜ ਜਾਂਦਾ ਉਹ ਟੀਮ ਕਦੇ ਹਾਰਦੀ ਨਹੀਂ ਰਵੀ ਡਿਫੈਂਡਰ ਚੀਨ ਦੀ ਉਹ ਕੰਧਾ ਜਿਹਦੇ ਅੱਗੋਂ ਕੋਈ ਬੋਲ ਲੰਘਾ ਨਹੀਂ ਸਕਦਾ ਸਟੇਟ ਦਾ ਮਹਾਰਾਜਾ ਰਣਜੀਤ ਸਿੰਘ ਪੁਰਸਕਾਰ ਤੈਨੂੰ ਮਿਲਿਆ ਤੂੰ ਇੱਕ ਵਾਰ ਚੰਡੀਗੜ੍ਹ ਜਾ ਕੇ ਖੇਡ ਡਾਇਰੈਕਟਰ ਨੂੰ ਮਿਲ ਤੇ ਕਹਿ ਵੀ ਮੈਨੂੰ ਕੋਈ ਨੌਕਰੀ ਲਗਵਾ ਦਿਓ ਯਾਰ ਬਥੇਰੀਆਂ ਨੌਕਰੀਆਂ ਹੁੰਦੀਆਂ ਹਨ ਉਹਨਾਂ ਕੋਲ ਖਿਡਾਰੀਆਂ ਲਈ ਪੁਲਿਸ ਵੀ ਪੁਲਿਸ ਵੀ ਭਰਤੀ ਹੁੰਦੀ ਹੈ ਖਿਡਾਰੀ ਤੂੰ ਵੇਖ ਲੈ ਐਸ ਐਸ ਸਿੱਧੂ ਤੇਰੇ ਨਾਲ ਹੀ ਕਲੱਬ 'ਚ ਖੇਡਦਾ ਸੀ ਹਾਂ ਤੁਸੀਂ ਇਕੱਠੇ ਤਾਂ ਅੰਡਰਵਰਸਟੀ ਅ ਅੰਤਰਵਰਸਤੀ ਮੁਕਾਬਲੇ 'ਚ ਖੇਡਦੇ ਹੁੰਦੇ ਸੀ ਉਹ ਪੁਲਿਸ ਅਫਸਰ ਲੱਗਿਆ ਹੁਣ ਤਾਂ ਐਸਐਸਪੀ ਲੱਗਿਆ ਹੋਇਆ ਯਾਰ ਸਰਕਾਰ ਦੇ ਖੇਡ ਕੋਟੇ ਹੁੰਦੇ ਆ ਤੇ ਰਵੀ ਉਦੋਂ ਚੰਡੀਗੜ੍ਹ ਤੁਰ ਪਿਆ ਸੀ ਆਪਣੇ ਨਾਲ ਸਾਰੇ ਸਰਟੀਫਿਕੇਟ ਮੈਡਲ ਤੇ ਪੁਰਸਕਾਰ ਲੈ ਕੇ ਉਹ ਬੜੇ ਮਾਣ ਨਾਲ ਇੰਡੀਆ ਵਾਲਾ ਬਲੇਜ਼ਰ ਪਾ ਕੇ ਗਿਆ ਸੀ ਬੜੀ ਆਸ ਸੀ ਉਹਨੂੰ ਕਿ ਖੇਡ ਡਾਇਰੈਕਟਰ ਮੈਨੂੰ ਜੱਫੀ ਪਾ ਕੇ ਮਿਲੇਗਾ ਕਹੇਗਾ ਵੀ ਵਾਹ ਤੂੰ ਹੈ ਰਵੀ ਕੁਮਾਰ ਰਵੀ ਡਿਫੈਂਡਰ ਤੇਰੇ ਵਰਗੇ ਹੀਰੇ ਖਿਡਾਰੀ ਬਾਰ-ਬਾਰ ਨਹੀਂ ਜੰਮਦੇ ਹੁੰਦੇ ਤੂੰ ਤਾਂ ਉਹ ਹੀਰਾ ਹੈ ਜਿਹਦੇ ਇੱਕ ਗੋਲ ਨਾਲ ਭਾਰਤ ਅੰਤਰਰਾਸ਼ਟਰੀ 골ਡਨ ਕੱਪ ਜਿੱਤ ਕੇ ਲਿਆਇਆ ਸੀ ਅੱਗੇ ਉਹ ਹੋਰ ਸੋਚਦਾ ਤੇ ਡਾਇਰੈਕਟਰ ਸਾਹਿਬ ਮੈਨੂੰ ਮਾਨ ਨਾਲ ਦਫ਼ਤਰ ਬਿਠਾਏਗਾ ਚਾਹ ਨਾਲ ਬਿਸਕਟ ਖਵਾਏਗਾ ਪਰ ਜਦੋਂ ਰਵੀ ਉੱਥੇ ਪਹੁੰਚਿਆ ਤਾਂ ਮਿੱਠੂ ਦੇ ਸੁਪਨੇ ਦਾ ਘੜਾ ਡਿੱਕੇ ਠਿਕਰੀਆਂ ਠਿਕਰੀਆਂ ਹੋ ਗਿਆ ਅੱਗੇ ਕਮਰੇ 'ਚ ਉਹ ਹੀ ਕੋਚ ਡਾਇਰੈਕਟਰ ਬਣ ਕੇ ਕੁਰਸੀ 'ਤੇ ਬੈਠਾ ਸੀ ਜਿਹੜਾ ਜਿਹੜੇ ਕੋਚ ਨੇ ਥਾਈਲੈਂਡ ਵਿਖੇ ਹੋਏ ਅੰਤਰਰਾਸ਼ਟਰੀ 골ਡਨ 에ਸ਼ੀਆ ਕੱਪ ਦੇ ਫਾਈਨਲ ਮੈਚ ਚ ਆਪਣੀ ਟੀਮ ਨੂੰ ਹਾਰਨ ਲਈ ਗਿਆ ਸੀ ਉਹਨੂੰ ਹੁਣ ਵੀ ਇਹ ਨਬੇ ਨਚੇਤੇ ਆ ਡਾਇਰੈਕਟਰ ਦੀ ਨਸੀਹਤ ਜਦੋਂ ਉਹਨੇ ਡਾਕਟਰ ਦਾ ਬੂਹਾ ਖੋਲਿਆ ਸੀ ਦੇਖ ਰਵੀ ਤੇਰੀ ਗੇਮ ਹੁਣ ਖਤਮ ਹੈ ਯਾਰ ਕਦੇ ਹੁੰਦੀ ਸੀ ਤੇਰੇ ਕੋਲ ਗੇਮ ਵੇਖ ਜਦੋਂ ਖਿਡਾਰੀ ਕੋਲ ਗੇਮ ਹੁੰਦੀ ਹੈ ਉਦੋਂ ਹੀ ਉਹ ਖਿਡਾਰੀ ਹੁੰਦਾ ਜਦੋਂ ਸੀਨ ਤੋਂ ਆਊਟ ਹੋ ਗਿਆ ਉਹਦੀ ਥਾਂ ਹੋਰ ਨਵੇਂ ਖਿਡਾਰੀ ਆ ਜਾਂਦੇ ਆ ਬਈ ਖਿਡਾਰੀਆਂ ਦੀ ਤਾਂ ਲਾਈਨਾਂ ਲੱਗੀਆਂ ਹੋਈਆਂ ਇੱਕ ਖਿਡਾਰੀ ਜਦੋਂ ਡਿੱਗ ਪੈਂਦਾ ਉਹਨੂੰ ਕੋਈ ਨਹੀਂ ਚੁੱਕਦਾ ਉਹਦੀ ਥਾਂ ਲੈਣ ਲਈ ਪੰਜ ਹੋਰ ਖੜੇ ਹੁੰਦੇ ਆ ਫਿਲਹਾਲ ਤਾਂ ਤੇਰੇ ਲਈ ਕੋਈ ਨੌਕਰੀ ਨਹੀਂ ਜੇ ਬਾਲੀ ਜਿੱਦ ਕਰਦਾ ਤਾਂ ਖੇਡ ਮੰਤਰੀ ਕੋਲ ਚਲਾ ਜਾ ਡਾਇਰੈਕਟਰ ਨੇ ਕੋਰਾ ਜਵਾਬ ਦੇ ਦਿੱਤਾ ਵੇਖੋ ਡਾਇਰੈਕਟਰ ਸਾਹਿਬ ਮੈਂ ਤੁਹਾਡੇ ਲਈ ਪੂਰੇ 15 ਸਾਲ ਖੇਡਿਆ ਸਟੇਟ ਲਈ ਖੇਡਿਆ ਦੇਸ਼ ਲਈ ਖੇਡਿਆ ਜਦੋਂ THAILAND ਖੇਡਿਆ ਤਾਂ THAILAND ਦੇ ਖੇਡ ਚੇਅਰਮੈਨ ਨੇ ਮੈਨੂੰ ਵੀ ਕਿਹਾ ਕਿ ਤੂੰ ਸਾਡੇ ਕੋਲ ਆ ਜਾ ਸਾਡੀ ਟੀਮ ਚ ਖੇਡ ਤੂੰ ਤੇ ਤੇਰਾ ਪਰਿਵਾਰ ਸਾਡਾ ਪਰ ਮੈਂ ਕਿਹਾ ਨਹੀਂ ਯਾਰ ਮੈਂ ਆਪਣੀ ਕੰਟਰੀ ਲਈ ਖੇਡਣਾ ਹੈ ਤਾਂ ਤੁਸੀਂ ਮੇਰੀ ਦੇਸ਼ ਭਗਤੀ ਦਾ ਫਲ ਦੇ ਰਹੇ ਹੋ ਰਵੀ ਰੋਣ ਹਾਕਾ ਹੋ ਗਿਆ ਸੀ ਦੇਖ ਰਵੀ ਕੁਮਾਰ ਮੇਰੇ ਕੋਲ ਤੇਰੇ ਲਈ ਕੋਈ ਨੌਕਰੀ ਨਹੀਂ ਮੈਂ ਤਾਂ ਤੈਨੂੰ ਪੁਲਿਸ ਤੇ ਸਪਾਈ ਵੀ ਭਰਤੀ ਨਹੀਂ ਕਰਵਾ ਸਕਦਾ ਸਕੂਲ 'ਚ ਚਪੜਾਸੀ ਨਹੀਂ ਲਗਵਾ ਸਕਦਾ ਕਿਉਂਕਿ ਤੂੰ ਆਪਣੇ ਤੋਂ ਵੱਡੇ ਅਫਸਰ ਦੀ ਗੱਲ ਨਹੀਂ ਮੰਨਣੀ ਤੋ ਤੁਰਦਾ ਹੋ ਹੁਣ ਡਾਇਰੈਕਟਰ ਤਲਖੀ 'ਚ ਆ ਗਿਆ ਸੀ ਜਦੋਂ ਦੇ ਤੁਹਾਡੇ ਵਰਗੇ ਸੱਪਖੇੜ ਅਦਾਰਿਆਂ 'ਚ ਬੈਠੇ ਆ ਉਦੋਂ ਤੱਕ ਕੋਈ ਖਿਡਾਰੀ ਨਹੀਂ ਜੰਮਣਾ ਕੋਈ ਮੈਡ ਉਦੋਂ ਤੱਕ ਕੋਈ ਖਿਡਾਰੀ ਨਹੀਂ ਜਮਣਾ ਕੋਈ ਮੈਡਲ ਨਹੀਂ ਮਿਲਣਾ ਤੁਸੀਂ ਖੇਡ ਅਦਾਰਿਆਂ ਤੇ ਦੀਆਂ ਕੁਰਸੀਆਂ ਤੇ ਬੈਠੇ ਸੱਪ ਹੋ ਜੋ ਚੰਗੀਆਂ ਖਿਡਾਰੀਆਂ ਦੇ ਡੰਗ ਮਾਰ ਦਿਓ ਤੁਹਾਡੇ ਆਪਣੇ ਭੈਣ ਭਾਈ ਖਿਡਾਰੀ ਬਣਨਗੇ ਤੁਹਾਡੇ ਆਪਣੇ ਧੀਆਂ ਪੁੱਤ ਖੇਡ ਕੋਟੇ 'ਚ ਨੌਕਰੀਆਂ ਲੈਣਗੇ ਬੇੜਾ ਗਰਕ ਹੋਏਗਾ ਸਭ ਦਾ ਤੇ ਰਵੀ ਕੁਮਾਰ ਆਪਣੇ ਸਰਟੀਫਿਕੇਟ ਮੈਡਲ ਇਕੱਠੇ ਕਰਕੇ ਤੁਰ ਪਿਆ ਸੀ ਉਹਦਾ ਜੀ ਕਰਦਾ ਸੀ ਇਹ ਸਾਰੇ ਮੈਡਲ ਸਰਟੀਫਿਕੇਟ ਦਰਿਆ 'ਚ ਸੁੱਟ ਦੇਵਾਂ ਨੂੰ ਆਂਦਾ ਰਵੀ ਕੁਮਾਰ ਸੋਚ ਰਿਹਾ ਸੀ ਉਹਦੇ ਨਾਲ ਖੇਡਣ ਵਾਲੇ ਤੇ ਬਾਅਦ ਚ ਖੇਡਣ ਵਾਲੇ ਕਈ ਖਿਡਾਰੀ ਸਰਕਾਰੀ ਨੌਕਰੀਆਂ ਤੇ ਲੱਗ ਗਏ ਸਨ ਕੋਈ ਪੁਲਿਸ ਚ ਭਰਤੀ ਹੋ ਗਿਆ ਕੋਈ ਰੇਲਵੇ ਚ ਤੇ ਕੋਈ ਹੋਰ ਮੈਕਮੇਂਟ ਸੈੱਟ ਹੋ ਗਿਆ ਤੇ ਰਵੀ ਡਿਫੈਂਡਰ ਪਿੰਡ ਚ ਉਠਿਆ ਤੇ ਪਿੰਡ ਜੋਗਾ ਹੀ ਰਹਿ ਗਿਆ ਸੀ ਉਸ ਦਿਨ ਤੋਂ ਬਾਅਦ ਰਵੀ ਕਈ ਦਿਨ ਕਰੋ ਬਾਹਰ ਨਹੀਂ ਸੀ ਨਿਕਲਿਆ ਧੰਨਵਾਦ ਚਲਦਾ